ਮੰਦਭਾਗੀ ਖਬਰ ਮਾਛੀਵਾੜਾ ਤੋਂ ਸਾਹਮਣੇ ਆ ਰਹੀ ਹੈ। ਅਮਰੀਕਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮਾਛੀਵਾੜਾ ਦੇ ਨੌਜਵਾਨ ਵੰਸ਼ਦੀਪ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਜੇ ਐਸ ਨਗਰ ਦੇ ਵਾਸੀ ਸਤਨਾਮ ਸਿੰਘ ਦਾ ਇਕਲੌਤਾ ਪੁੱਤਰ ਵੰਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਵੰਸ਼ਦੀਪ ਅਮਰੀਕਾ ਦੇ ਫਰਜੀਨੋ ਸ਼ਹਿਰ 'ਚ ਰਹਿੰਦਾ ਸੀ। ਅਮਰੀਕਾ ਵਿਖੇ ਕਾਰ 'ਤੇ ਸਵਾਰ ਹੋ ਕੇ ਉਹ ਜਾ ਹੀ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਉਸਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ 'ਚ ਵੰਸ਼ਦੀਪ ਦੀ ਜਾਨ ਚਲੀ ਗਈ। ਜਦੋਂ ਮਾਪਿਆਂ ਨੂੰ ਪੁੱਤ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਨੌਜਵਾਨ ਦੀ ਮੌਤ ਨਾਲ ਮਾਛੀਵਾੜਾ ਇਲਾਕੇ ਵਿੱਚ ਸੋਗ ਦੀ ਲਹਿਰ ਪੈ ਗਈ। ਸਾਡਾ ਬੱਚਾ ਵੰਸ਼ਦੀਪ ਜੋ ਅਮੈਰੀਕਾ ਦੇ ਵਿੱਚ ਗਿਆ ਸੀਗਾ, ਕਾਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਚੁੱਕੀ ਹੈ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਡੀ ਬੋਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ। ਕਿੰਨੀ ਦੇਰ ਦੀ ਹੋਈ ਸੀ ਬੱਚੇ ਨੂੰ ਗਿਆ? ਬੱਚੇ ਦੀ ਉਮਰ 19 ਸਾਲ। ਕਿੰਨੀ ਦੇਰ ਹੋ ਗਈ? 2 ਸਾਲ ਦੇ ਕਰੀਬ। ਇਕੱਲਾ ਹੀ ਬੱਚਾ ਸੀ? ਇਕੱਲਾ ਹੀ ਬੱਚਾ ਸੀ। ਕੋਈ ਹੋਰ ਭਾਈ ਭੈਣ? ਇੱਕ ਸਿਸਟਰ ਹੈ। ਉਹ ਕਿੱਥੇ? ਕੈਨੇਡਾ ਦੇ ਵਿੱਚ ਹੈ। ਉਹ ਅੱਜ ਆ ਰਹੇ ਨੇ ਸ਼ਾਮ ਨੂੰ। ਹਾਂਜੀ, ਸ਼ਾਮ ਨੂੰ ਪਹੁੰਚ ਜਾਣਗੇ। ਬੜੇ ਚਾਅ ਦੇ ਬੱਚੇ ਨੂੰ ਭੇਜਿਆ ਪੱਥਰ ਦੇ ਨਾਲ ਬਣਾ ਕੇ। ਬਸ ਬੱਚੇ ਦਾ ਫੋਨ ਆਇਆ ਵੀ ਮੈਂ ਕੰਮ 'ਤੇ ਜਾ ਰਿਹਾ ਹਾਂ। ਡੈਡੀ ਆਪਣੇ ਨੂੰ ਉਹਨੇ ਗੱਲ ਕਰੀ, ਡੈਡੀ ਕਹਿੰਦਾ ਚਲੋ ਠੀਕ ਹੈ। ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ। ਪੁਲਿਸ ਆਈ, ਉਹ ਵੀ ਚੈੱਕ ਕਰ ਲੈ ਗਈ ਹੋਸਪਿਟਲ। ਜਦ ਸਾਡੇ ਬੰਦੇ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ। ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ, ਲੇਡੀਜ਼ ਅਤੇ ਜੈਂਟਸ ਸੀਗੇ। ਇਸ ਤਰੀਕੇ ਨਾਲ ਸਾਡਾ ਬੱਚਾ ਸਾਡੇ ਹੱਥੋਂ ਚਲਾ ਗਿਆ। ਹਾਂਜੀ, ਅਸੀਂ ਪੰਜਾਬ ਦੇ ਹੋਣੇ ਚਾਹੁੰਦੇ ਹਾਂ ਤਾਂ ਗੌਰਮੈਂਟ ਅੱਗੇ ਇਹੀ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ, ਅੱਜ ਤੋਂ ਨਹੀਂ ਬਹੁਤ ਦੇਰ ਤੋਂ, ਬਹੁਤ ਪੁਰਾਣੇ ਸਮੇਂ ਤੋਂ। ਇਹ ਵੰਸ਼ਦੀਪ ਸੀਗਾ ਜਿਹਦਾ ਨਾਮ, ਵੰਸ਼ਦੀਪ 19 ਸਾਲ ਇਹਦੀ ਏਜ ਸੀਗੀ। ਇਹ ਹੁਣ 2 ਸਾਲ ਪਹਿਲਾਂ ਇਹਨੂੰ ਭੇਜਿਆ ਸੀ ਬਾਹਰ। ਅਤੇ ਦੇਖੋ, ਬੜਾ ਔਖਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ USA ਦਾ, ਪਰ ਇਹਦਾ ਵੀਜ਼ਾ, ਟੂਰਿਸਟ ਵੀਜ਼ਾ ਇਹਦਾ ਬੜੀ ਛੇਤੀ ਲੱਗ ਗਿਆ ਸੀ। ਪਰ ਜਿਵੇਂ ਕਹਿ ਲਓ ਵੀ ਹੁਣ ਇਹਨੇ ਲੈ ਕੇ ਜਾਣਾ ਸੀ, ਅਤੇ ਉੱਥੇ ਜਾ ਕੇ ਬਹੁਤ ਮਿਹਨਤੀ, ਬਹੁਤ ਸੂਝਵਾਨ ਬੱਚਾ ਸੀ। ਅਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ। ਆਖਰੀ ਵਾਰੀ ਗੱਲ ਹੋਈ ਹੋਣੀ ਹੈ, ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਆ? ਗੱਲ ਹੋਈ ਸੀ ਤਕਰੀਬਨ ਇਹ ਤਾਂ ਡੈਡੀ ਸਤਨਾਮ ਸਿੰਘ, ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ। ਜਿਵੇਂ ਇਹ ਕਹਿ ਲਓ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ, ਜੋ ਵੀ ਇਹਨਾਂ ਨੇ ਗੱਲ ਕਰਨੀ। ਇਹਨਾਂ ਦਾ ਕੋਈ ਜਿਵੇਂ ਇੱਕ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ, ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ। ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ। ਬਾਕੀ ਬਹੁਤ ਲੋਹੜਾ ਹੋਇਆ ਜੀ ਪਰਿਵਾਰ ਨਾਲ। ਕਿੰਨੇ ਭੈਣ ਭਾਈ ਸੀ? ਇੱਕ ਸਿਸਟਰ ਆ ਜੀ, ਉਹਦੀ 2 ਸੀਗੇ। ਕੁੜੀ ਜਿਹੜੀ ਸਿਸਟਰ ਆ ਉਹ ਕੈਨੇਡਾ, ਉਹ ਵੀ ਆ ਰਹੀ ਆ ਅੱਜ, ਉਹ ਉੱਥੋਂ 3:30 ਵਜੇ ਤੋਂ। ਉਹ ਵੱਡਾ ਮ੍ਰਿਤਕ ਦੇਹ ਦੀ ਗੱਲ ਕਰੀਏ, ਕਦੋਂ ਤੱਕ ਪਹੁੰਚ ਜੂਗੀ ਇੱਥੇ? ਦੇਖੋ ਜੀ, ਉੱਧਰ ਚੱਲ ਰਿਹਾ, ਉੱਧਰ ਜੋ ਵੀ ਪ੍ਰੋਸੈਸ ਹੈਗਾ ਇੱਧਰੋਂ ਪ੍ਰੋਸੀਡ ਹੋ ਗਿਆ, ਇੱਧਰ ਆਪਣੇ ਵੱਲੋਂ ਉੱਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ।